ਆਜੋ ਭਾਈ ਚਾਹ ਮਿਲਾਣੇ ਦਾ ਲੰਗਰ ਕਰਮਾ ਕਰਮ ਚੱਲ ਰਿਹਾ ਹੈ ਲੰਗਰ ਛੱਕ ਕੇ ਜਾਣ ਦੀ ਭਾਈ ਲੰਗਰਾਂ ਦੀ ਸਾਫਾ ਕੇ ਗਈ ਹੈ ਮਹਾਰਾਜ ਚੜ੍ਹਦੀ ਕਲਾ ਰੱਖੇ ਪਰਮਾਤਮਾ ਜਾਣੀ ਜਾਣ ਆਜੋ ਭਾਈ ਚਾਹ ਮਿਲਾਣੇ ਦਾ ਲੰਗਰ ਕਰਮਾ ਕਰਮ ਚੱਲ ਰਿਹਾ ਹੈ।
ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰੋ ਸਾਰੀ ਸੰਗਤ ਨੂੰ ਬੇਨਤੀ ਹੈ ਹਰੇੜੀ ਵਾਲਿਆਂ ਵੱਲੋਂ Thank you.
ਸਾਰੇ ਸਾਨੂੰ ਕੀ ਕਰਨ ਲੱਗ ਗਏ ਹਾਂ ਕੀ ਵਧਿਆ ਰਹਾ ਹੋਏ
ਹੈਰਾਨ ਹੋਏ ਕਹਿੰਦੇ ਤੁਸੀਂ ਰੱਬ ਦੀ ਬੰਦਗੀ ਕਰਨ ਵਾਲੇ ਮੈਂ ਤੇ ਤੁਹਾਡੇ ਰੱਬ ਦੀ ਬੰਦਗੀ ਵੀ ਇੱਕ ਨਹੀਂ ਚਾਹਣਾ ਤੁਸੀਂ ਹੁਕਮਾਂ ਨੂੰ ਨੋਟਿਸ ਕਰਨ ਲੱਗੇ ਉਹ ਸਾਰੇ ਅਰਬੀ ਫਾਰਸੀ ਪੜ੍ਹਦੇ ਸਿਖਾਂ ਜੀ ਨੇ ਪਤਾ ਕਿਹੜਾ ਸ਼ਬਦ ਉਚਾਰਿਆ ਕਿਹੜਾ ਬਚਨ ਉਚਾਰਿਆ ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ ਕੁਨ ਕਰਤਾਰ ਹਮਤਾ ਕਬੀਰ ਕਰੀਮ ਤੋਂ ਬੇਅਦ ਪਰਵਤਗਾਰ ਫਕੀਰ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਨ ਸ਼ਰਮੂਏ ਇਜ਼ਰਾਇਲ ਗ੍ਰਫਤਾਰ ਦਿਲ ਵੇਚ ਨਾ ਦਾਨੀ ਕਿ ਤੁਹਾਡੇ ਮਨ ਦੇ ਵਿੱਚ ਕਦੀ ਡਰ ਨਹੀਂ ਆਇਆ ਖੁਦਾ ਦਾ ਇਹ ਨਸ਼ਾ ਕਰ ਰਹੇ ਹੋ ਜਨ ਪਿਸਰ ਪਦਰ ਬਿਰਾਦਰਾਂ ਕਸਨੇ ਸਤੰਗੀਰ ਆਖਰ ਵਿਅਪਤਮ ਕਸ਼ਨਾ ਦਾਰ ਤੂੰ ਸ਼ਬ ਤਕਬੀਰ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇ ਵਧੀ ਖਿਆਲ ਕਹਿੰਦੇ ਤੁਸੀਂ ਕਹਿੰਦੇ ਅਸੀਂ ਰੱਬ ਦੀ ਬੰਦਗੀ ਕਰਦੇ ਰਾਤ ਦਿਨ ਤੁਸੀਂ ਹੁਕਮਾਂ ਨੂੰ ਹੀ ਕਰ ਰਹੇ ਹੋ ਤੁਹਾਨੂੰ ਰੱਬ ਬਖਸ਼ੇਗਾ ਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਜਿੱਤ ਪੀਤਾ ਮਤ ਦੂਰ ਹੋਏ ਵਰਨ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ ਸੰਤ ਜੀ ਦੇ ਅੰਦਰ ਸੰਤ ਅਤਰ ਸਿੰਘ ਜੀ ਦੇ ਅੰਦਰ ਜਿਉਣ ਦੀ ਸੱਚੀ ਮੁੱਚ ਇੱਛਾ ਨਹੀਂ ਸੀ ਇੱਕ ਵਾਰੀ ਹਜ਼ੂਰ ਸਾਹਿਬ ਦਰਿਆ ਵਿੱਚ ਵੜ ਗਏ ਸੀ ਪਰ ਅੰਦਰੋਂ ਆਵਾਜ਼ ਆਈ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿ ਇਹ ਬੰਦਗੀ ਐਵੇਂ ਨਹੀਂ ਕਰਵਾਈ ਤੁਹਾਨੂੰ ਜਾਓ ਸਾਰੇ ਦੇਸ਼ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਸਾਰੀ ਧਰਤੀ ਤੇ ਜਾ ਕੇ ਨਸ਼ਾ ਵਿਕਾਰ ਜਿੰਨੇ ਵੀ ਤਰ੍ਹਾਂ ਦੇ ਵਹਿਮ ਭਰਮ ਨੇ ਤੇ ਅੱਜ ਸੱਚੀ ਮੁੱਚੀ ਮੈਨੂੰ ਕਹਿਣ ਦੇਣਾ ਮਾਲਵੇ ਦੀ ਧਰਤੀ ਤੇ ਜਿੰਨੇ ਗੁੱਬੇ ਪੂਜੇ ਜਾਂਦੇ ਨੇ ਜਿੰਨੇ ਕਰਮ ਕਾਂਡ ਇੱਥੇ ਕੀਤੇ ਜਾਂਦੇ ਨੇ ਰੱਬ ਦਾ ਵਾਸਤਾ ਦੁਨੀਆਂ ਦੇ ਲੋਕੋ ਸਮਝ ਜਾਓ ਇਹ ਧਰਤੀ ਸੋਮਾ ਜਿਨ੍ਹਾਂ ਨੇ ਸਾਰੀ ਉਮਰ ਇਹ ਹੋਕਾ ਦਿੱਤਾ ਕਿ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮਣੀ ਮਠ ਭੂਲ ਨਾ ਮਾਨੈ ਤੀਰਥ ਦਾਨ ਦਿਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਣੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਾ ਖਾਲਸ ਜਾਣੈ ਪੁੱਛਾ ਪੁੱਛਣ ਚਲੇ ਹੋਏ ਹਾਂ ਅਸੀਂ ਤੇ ਜੀ ਗੁਰੂ ਕੋਲ ਆਇਓ ਅਰਦਾਸ ਕਰਕੇ ਆਖੇ ਸੱਚੇ ਪਾਤਸ਼ਾਹ ਜੀ ਬੋਲ ਕੇ ਦੱਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੇ ਪੁੱਛਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਕਿਵੇਂ ਪਿਓ ਦਾਦੇ ਕਾ ਫੂਲ ਡਿੱਠਾ ਖਜ਼ਾਨਾ ਚਰਣੀ ਲਗੋ ਅਸੀਂ ਕਹਿੰਦੇ ਨਹੀਂ ਜੀ ਨਹੀਂ ਅਸੀਂ ਝੂਠ ਬੋਲਦੇ ਹਾਂ ਅਸੀਂ ਵਕਾਰੀ ਮਕਾਰੀ ਹਾਂ ਗੁਰੂ ਵੱਲ ਕਿਵੇਂ ਆਈਏ ਉਹ ਦੁਨੀਆਂ ਦੇ ਲੋਕੋ ਗੁਰੂ ਕੇ ਸਿੱਖੋ ਗੁਰੂ ਕੋਲ ਆਓ ਝੂਠ ਬੋਲਣਾ ਆਪੇ ਜਾਪ ਲਓ ਗੁਰੂ ਕੋਲ ਆਓ ਉੱਗੇ ਮਣੀਆਂ ਮਸਾਣੀਆਂ ਪੱਥਰਾਂ ਦੇ ਧਾਰੀਆਂ ਦਾ ਆਪੇ ਖੇੜਾ ਛੁੱਟ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ ਵਿਕਾਰ ਤੇ ਨਸ਼ਾ ਆਪੇ ਛੁੱਟ ਜਾਏ ਇਹ ਬਾਣੀ ਦੀ ਤਸੱਲੀਸ਼ ਹੈ ਪਿਉ ਦਾਦੇ ਕਾ ਗੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਤਾ ਕਛੂਨਾ ਤੋਲ ਭਰੇ ਭੰਡਾਰ ਅਕੂਟ ਅਤੋਲ ਖਾਵਾ ਖਰਚਾ ਰਲ ਮਿਲ ਭਾਈ ਦੋਟ ਨਾ ਆਵੇ ਵੱਧਦੋ ਜਾਈ ਇਹ ਖਜ਼ਾਨਾ ਵਧੇਗਾ ਔਰ ਦਾਸ ਦਿੱਲੀ ਤੋਂ ਹੈ ਦਿੱਲੀ ਦੀ ਸੰਗਤ ਦੇ ਉੱਤੇ ਰਹਿੰਦੀ ਧਰਤੀ ਤੱਕ ਦਿੱਲੀ ਦੇ ਪਰਿਵਾਰਾਂ ਵਿੱਚੋਂ ਨਾ ਕੋਈ ਸੰਤ ਅਤਰ ਸਿੰਘ ਜੀ ਮਸਤਵਾਣੇ ਵਾਲੇ ਦੀ ਛਾਪ ਉਹਨਾਂ ਦੀ ਬੰਦਗੀ ਉਹਨਾਂ ਦਾ ਟੱਪ ਤੇਜ ਉਹਨਾਂ ਦੀ ਸ਼ੋਭਾ ਨਾ ਕੋਈ ਮਿਟਾ ਸਕਦਾ ਤੇ ਨਾ ਕੋਈ ਮਿਟਾ ਸਕੇਗਾ ਇਕੱਲਾ ਇਹ ਧਰਤੀ ਨਹੀਂ ਵਿਸ਼ਵ ਦੀ ਧਰਤੀ ਤੇ ਜਿੱਥੇ ਜਿੱਥੇ ਸੰਤ ਤੇਜਾ ਸਿੰਘ ਜੀ ਵਰਗੇ ਤਿਆਰ ਕੀਤੇ ਤੇ ਏਐਮ ਕੀਤੀ ਉਹਨਾਂ ਨੇ ਹਾਰਵਰਡ ਯੂਨੀਵਰਸਿਟੀ ਬਾਹਰ ਦੀਆਂ ਵਿਦਿਆਵਾਂ ਲਈਆਂ ਪਰ ਕਿੱਥੇ ਹਲੇਮੀ ਵਿੱਚ ਆ ਕੇ ਤੇ ਇਹ ਆਖਿਆ ਮੈਂ ਨਾ ਹੀ ਕਛਾਉਂ ਨਾ ਹੀ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰਾਤ ਦੇ ਉਹ ਸਦਨਾ ਜਨ ਤੋਰਾ ਐਡੇ ਵੱਡੇ ਵੱਡੇ ਤਿਆਰ ਕੀਤੇ ਗੁਰੂ ਕੇ ਸਿੱਖੋ ਕਦੀ ਇਹ ਨਹੀਂ ਕਹਿਣਾ ਕਿ ਮਸਤਵਾਣਾ ਸਾਹਿਬ ਗੁਰਸਰ ਸਾਹਿਬ ਇਹ ਡੇਰਾ ਇਹ ਡੇਰਾ ਨਹੀਂ ਸੰਤ ਅਤਰ ਸਿੰਘ ਜੀ ਮਸਤਵਾਣੇ ਸਾਹਿਬ ਵਾਲਿਆਂ ਨੇ ਕੋਈ ਡੇਰਾ ਨਹੀਂ ਬਣਾਇਆ ਤੇ ਨਾ ਕੋਈ ਇਹ ਡੇਰਾ ਤੇ ਨਾ ਰਹਿੰਦੀ ਧਰਤੀ ਤੱਕ ਇਹਨੂੰ ਕੋਈ ਡੇਰਾ ਆ ਸਕੇਗਾ ਸੰਤ ਅਤਰ ਸਿੰਘ ਮਸਤਵਾਣੇ ਵਾਲੇ ਨੇ ਉਹ ਥਾਂ ਜਿਸ ਥਾਂ ਦੇ ਵਿੱਚ ਬੱਚਿਆਂ ਨੂੰ ਵਿਦਿਆ ਮਿਲ ਸਕੇ ਇੱਥੇ ਗਰਲਸ ਕਾਲਜ ਬਣਵਾਉਣ ਦੀ ਪ੍ਰੇਰਣਾ ਦਿੱਤੀ ਜਿਸ ਥਾਂ ਤੇ ਬੱਚਿਆਂ ਨੂੰ ਵਿਦਿਆ ਦੇ ਨਾਲ ਹੱਥੀ ਹੁਨਰ ਮਿਲ ਸਕੇ ਇੱਕੋ ਇੱਕ ਪੂਰੇ ਵਿਸ਼ਵ ਦੇ ਵਿੱਚ ਇਹ ਕਾਲਜ ਸੀ ਜਿੱਥੇ ਕਾਰਪੇਂਟਰੀ ਸਿਖਾਈ ਜਾਂਦੀ ਸੀ ਇੱਕੋ ਇੱਕ ਇਹ ਕਾਲਜ ਸੀ ਜਿੱਥੇ ਮਕੈਨੀਕਲੀ ਸਿਖਾਈ ਜਾਂਦੀ ਸੀ ਇੱਕੋ ਇੱਕ ਕਾਲਜ ਸੀ ਜਿੱਥੇ ਹਰ ਤਰ੍ਹਾਂ ਦੀ ਹੱਥੋਂ ਵਿਦਿਆ ਸਿਖਾਈ ਜਾਂਦੀ ਸੀ ਤੇ ਸਤਿਗੁਰੂ
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੰਨੀ ਕੁ ਬਖਸ਼ਿਸ਼ ਹੈ 2 ਫਰਵਰੀ ਨੂੰ ਉਹ ਉਪਦੇਸ਼ ਜਿਹੜਾ ਸੰਤਾਂ ਨੇ ਰਹਿੰਦੀ ਰਹਿੰਦੇ ਸਵਾਦ ਤੱਕ ਦ੍ਰਿੜ ਕਰਾਇਆ ਲੱਖਾਂ ਦੀ ਕਰੋੜਾਂ ਪ੍ਰਾਣੀਆਂ ਨੂੰ ਸੰਤ ਅਤਰ ਸਿੰਘ ਜੀ ਮਸਤਵਾਣੇ ਵਾਲੇ ਨੇ ਅੰਮ੍ਰਿਤ ਛਕਾਇਆ ਅੱਜ ਕੋਈ ਮੇਰੇ ਵਰਗਾ ਉੱਠ ਕੇ ਕਹਿੰਦਾ ਨਹੀਂ ਜੀ ਮੈਂ 5000 ਇੱਥੇ ਛਕਾਤੇ 100 ਇੱਥੇ ਛਕਾਤੇ 10000 ਉੱਥੇ ਛਕਾਤੇ ਅੰਮ੍ਰਿਤ ਪਰ ਸੰਤਾਂ ਨੇ ਇੰਨਾ ਅੰਮ੍ਰਿਤ ਛਕਾ ਕੇ ਵੀ ਕਦੀ ਦਾਵਾ ਨਹੀਂ ਕੀਤਾ ਕਦੀ ਕਿਸੇ ਥਾਂ ਤੇ ਨਹੀਂ ਕਿਹਾ ਹਾਂ ਇਹ ਕਿਹਾ ਭਾਈ ਵਿਕਾਰਾਂ ਤੋਂ ਬਚੋ ਜੀਵਨ ਦੇ ਸੱਚੀ ਮੁੱਚੀ ਜੇ ਤੁਸੀਂ ਸਿੱਖ ਹੋਣ ਦੀ ਅਵਸਥਾ ਨੂੰ ਮੰਨਣਾ 2 ਫਰਵਰੀ ਨੂੰ ਇੱਥੇ ਖੰਡੇ ਬਾਟੇ ਦੀ ਪਹੁਲ ਤਿਆਰ ਹੋ ਰਹੀ ਹੈ ਇਸ ਥਾਂ ਤੇ ਅੰਮ੍ਰਿਤ ਛਕਾਇਆ ਜਾ ਰਿਹਾ ਗੁਰਦੁਆਰਾ ਅਕਾਲ ਗੁੰਗਾ ਮਸਤਵਾਣਾ ਸਾਹਿਬ ਜਿਨ੍ਹਾਂ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁੜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖੁਸ਼ੀ ਲੈਣੀ ਹੈ ਉਹ ਅੰਮ੍ਰਿਤ ਛਕੋ ਮੈਂ ਫਿਰ ਬੇਨਤੀ ਕਰਾਂ ਵਿੱਚੋਂ ਨਾ ਇਹਨੂੰ ਕਦੀ ਤੁਸੀਂ ਡੇਰਾ ਆਖਣਾ ਨਾ ਕੋਈ ਇਹ ਡੇਰਾ ਤੇ ਨਾ ਡੇਰਾ ਬਣ ਸਕਦਾ ਕਿਉਂ ਇਹ ਗੱਲ ਤੁਸੀਂ ਭਾਈ ਕਾਹਨ ਸਿੰਘ ਨਾਭਾ ਦੀ ਪੜ੍ਹਿਓ 31 ਤਰੀਕ ਅੱਜ ਰਾਤ ਨੂੰ ਸੰਤ ਅਤਰ ਸਿੰਘ ਜੀ ਨੇ ਆਪਣਾ ਸਰੀਰ ਇਹ ਸਾਰੀ ਲੀਲਾ ਸੰਕੋਚ ਲਈ ਸਰੀਰ ਦੀ ਔਰ ਤਨ ਤੇ ਭਾਵੇਂ ਜਿਵੇਂ ਮਰਜ਼ੀ ਦੁੱਖ ਆਉਣ ਪਰ ਸੱਚੀ ਮੁੱਚਾ ਸੱਚੀ ਮੁੱਚੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇੱਕ ਦਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਇਵੇਂ ਸਰੀਰ ਤਿਆਗਿਆ ਸੰਤਾਂ ਨੇ ਤੇ ਜਿਸ ਵੇਲੇ ਤਿਆਗਿਆ ਤੇ ਉਸ ਵੇਲੇ ਇਹ ਸਥਾਨ 1 ਤਰੀਕ ਨੂੰ ਕਿਉਂਕਿ 31 ਫਰਵਰੀ ਨੂੰ ਸਰੀਰ ਤਿਆਗਿਆ 1 ਫਰਵਰੀ ਨੂੰ ਜਿਸ ਵੇਲੇ ਸਮਾਗਮ ਪਹਿਲਾ ਸਮਾਗਮ ਹੋਇਆ ਨਾ ਸੰਤਾਂ ਦੀ ਅੰਤਮ ਅਰਦਾਸ ਉਹ ਗੁਰਸਾਗਰ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਹੋਈ ਹੈ ਉੱਥੇ ਖੜੇ ਹੋ ਕੇ ਸਭ ਤੋਂ ਪਹਿਲਾਂ ਜਿਹੜੀ ਸ਼ਬਦ ਵਿਚਾਰ ਜਿਹੜੀ ਕੀਤੀ ਸੀ ਸੰਤਾਂ ਦੇ ਭੋਗ ਤੇ ਉਹ ਕੀਤੀ ਸੀ ਭਾਈ ਕਾਹਨ ਸਿੰਘ ਨਾਭਾ ਨੇ ਜਿਹਨਾਂ ਨੇ ਮਾਨਕੋਸ਼ ਲਿਖਿਆ ਇਸ ਕਰਕੇ ਸੰਤਾਂ ਨੇ ਇਹ ਵੀ ਆਖਿਆ ਸੀ ਇਹ ਕੋਈ ਡੇਰਾ ਨਹੀਂ ਇਹ ਕੋਈ ਸੰਪਰਦਾਇ ਪਰੰਪਰਾ ਨਹੀਂ ਅਸੀਂ ਜੇ ਸਮਰਪਿਤ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਬਸ ਤੀਜੀ ਕੋਈ ਚੀਜ਼ ਨਹੀਂ ਤੇ ਜੇ ਸੰਤਾਂ ਹੁਣ ਦੇਖੋ ਸੰਤ ਤੇਜਾ ਸਿੰਘ ਜੀ ਕਿੰਨੇ ਕਾਬਲ ਸਨ ਪਰ ਜੇ ਅਕਾਲ ਕੌਂਸਲ 1920 ਦੇ ਵਿੱਚ ਸੰਤ ਅਤਰ ਸਿੰਘ ਜੀ ਨੇ ਬਣਾਈ ਹੈ ਤੇ ਸੰਤ ਤੇਜਾ ਸਿੰਘ ਜੀ ਨੂੰ ਨਹੀਂ ਬਣਾਇਆ ਉਹਦਾ ਪ੍ਰਧਾਨ ਮਹਾਰਾਜਾ ਰਿਪੂ ਦਮਨ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਦੇਖੋ ਤੇ ਸੰਤ ਤੇਜਾ ਸਿੰਘ ਨੂੰ ਇੱਕੋ ਹੀ ਗੱਲ ਕਹੀ ਜਿਸ ਵੇਲੇ ਬੋਲਣ ਦਾ ਮਨ ਕਰੇ ਉਸ ਵੇਲੇ ਬੋਲਣਾ ਨਹੀਂ ਹੈ ਜਦ ਬੋਲਣ ਨੂੰ ਕੁਝ ਨਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕਰਕੇ ਬੋਲੀ ਸੰਤ ਤੇਜਾ ਸਿੰਘ ਤੂੰ ਨਹੀਂ ਬੋਲੇਗਾ ਤੇਰੇ ਅੰਦਰੋਂ ਗੁਰੂ ਨਾਨਕ ਸਾਹਿਬ ਬੋਲਣਗੇ ਇਹ ਉਪਦੇਸ਼ ਸੰਤਾਂ ਨੇ ਦ੍ਰਿੜ ਕਰਾਇਆ ਸਤਿਗੁਰ ਬਖਸ਼ਿਸ਼ ਕਰਨ ਇੱਥੇ ਸਮਾਂ ਸਮਾਪਤ ਹੈ ਸਿਰਫ ਇੰਨੀ ਕੁ ਬੇਨਤੀ ਹੈ ਸਾਧ ਸੰਗਤ ਜੀ ਆਪ ਦੇ ਚਰਨਾਂ 'ਚ ਕਿ ਇੱਕ ਸਾਡੇ ਅੰਦਰੋਂ ਜਿਹੜੇ ਵਹਿਮ ਭਰਮ ਹੈ ਨਾ ਅਸੀਂ ਖਤਮ ਕਰੀਏ ਇੱਥੇ ਅਸੀਂ ਆਪਣੇ ਰੀਤੀ ਰਿਵਾਜ਼ਾਂ ਤੋਂ ਇੰਨੇ ਵਹਿਮ ਭਰਮ ਇੱਕ ਵੀ ਕਿਸਮ ਦਾ ਵਹਿਮ ਸੰਤਾਂ ਨੇ ਨਹੀਂ ਕੀਤਾ ਨਾ ਕਿਸੇ ਵਹਿਮ ਨੂੰ ਸੰਤਾਂ ਨੇ ਕਿਹਾ ਕਿ ਤੁਸੀਂ ਇਹ ਕਰੋ ਔਰ ਸੱਚੀ ਮੁੱਚੀ ਜੇ ਗੁਰੂ ਕੇ ਸਿੱਖ ਹੋ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਸਾਬਤ ਸੂਰਤ ਬਣੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਨਾ ਇਸ ਦੁੱਧ ਤੋਂ ਮੈਂ ਪੰਥ ਬਣਾਉਂ ਜਿਹੜੀ ਗੁਰੂ ਦਾ ਸਿੱਖ ਹੋਏਗਾ ਨਾ ਨਫਰਨਾਮੇ ਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਖਤਮ ਕਹਿੰਦੇ ਦੁਸ਼ਮਣ ਖਤਮ ਹਰ ਹਜ਼ਾਰ ਖਾਗੁਤ ਨਾ ਜਪ ਹਜ਼ਾਰ ਖਾਗੁਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਕੋਈ ਨਾਮ ਖਾਗੁਤ ਸਤਿਗੁਰ ਬਖਸ਼ਿਸ਼ ਕਰਨ ਜਿਹੜੇ ਮੋਰਚੇ ਚੱਲ ਰਹੇ ਨੇ ਮੋਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਇਹਨਾਂ ਮੋਰਚਿਆਂ ਵਿੱਚ ਵੀ ਜਾ ਕੇ ਹਾਜ਼ਰੀ ਭਰੀਏ ਤੇ ਰੋਜ਼ ਅਰਦਾਸ ਕਰੀਏ ਔਰ ਸੱਚੀ ਮੁੱਚੀ ਜਿਨ੍ਹਾਂ ਨੇ ਏਡੇ ਵੱਡੇ ਵੱਡੇ ਕਤਲ ਕੀਤੇ ਏਡੇ ਵੱਡੇ ਵੱਡੇ ਪਾਪ ਕੀਤੇ ਸਰਕਾਰਾਂ ਨੇ ਉਹਨਾਂ ਨੂੰ ਵੀ ਛੱਡ ਦਿੱਤਾ ਸਾਡੇ ਨਾਲ ਤੁਹਾਡੀ ਕੀ ਦੁਸ਼ਮਣੀ ਹੈ ਭਾਜੀ ਜਿਨ੍ਹਾਂ ਦੀ ਉਮਰ ਕੈਦ ਭਾਵ ਜਿਨ੍ਹਾਂ ਦੀ ਸਜ਼ਾ ਨੂੰ ਬੀਤੇ ਹੋਏ 20-20 ਸਾਲ 30-30 ਸਾਲ ਹੋ ਗਏ 30-30 ਸਾਲਾਂ ਤੋਂ ਉਹਨਾਂ ਨੂੰ ਵੀ ਤੁਸੀਂ ਬੰਦੀ ਬਣਾ ਕੇ ਰੱਖਿਆ ਗਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਹੈ ਇਹ ਪੁਕਾਰ ਹੈ ਖਾਲਸੇ ਦੀ ਕਿ ਸੱਚੇ ਪਾਤਸ਼ਾਹ ਜੀ ਬੰਦੀ ਸਿੰਘਾਂ ਨੂੰ ਰਿਹਾ ਕਰੋ ਉਹ ਵੀ ਰਹਿੰਦੀ ਜ਼ਿੰਦਗੀ ਆਪਣੇ ਪਰਿਵਾਰਾਂ ਨਾਲ ਬਤੀਤ ਕਰ ਸਕਣ